ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਮੇਰੀ ਕਿਰਾਇਆ ਸਾਰੀ ਟੀਮ ਆਈ ਹੈ ਜੀ ਨਡਾਲਾ ਤੋਂ ਪ੍ਰਾਪਰ ਪਰੋੜ 'ਤੇ, ਜਿੱਥੇ ਪਾਣੀ ਦੀ ਟੈਂਕੀ ਹੈ, ਜਿੱਥੇ ਕਿ ਫੁਲਵਾੜੀ ਸੇਵਾਦਾਰਾਂ ਵੱਲੋਂ ਜੋ ਲੰਮੇ ਸਮੇਂ ਤੋਂ ਵਾਤਾਵਰਨ ਦੀ ਸੰਭਾਲ ਲਈ ਨਿਰੰਤਰ ਸੇਵਾ ਕਰਦੇ ਆ ਰਹੇ ਹਨ, ਤਾਂ ਅਸੀਂ ਸੋਚਿਆ ਕਿਉਂ ਨਾ ਸਾਡੀ ਵੀ ਟੀਮ ਇਸ ਵਿੱਚ ਹਿੱਸਾ ਪਾਵੇ, ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਅਤੇ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਅੱਜ ਦੇ ਅਜੋਕੇ ਸਮੇਂ 'ਚ ਲੋੜ ਹੈ ਇਹੋ ਜਿਹੇ ਉਪਰਾਲੇ ਕਰਨ ਦੀ, ਕਿਉਂਕਿ ਜਿਸ ਤਰ੍ਹਾਂ ਦਿਨੋਂ ਦਿਨ ਵਾਤਾਵਰਨ ਦੂਸ਼ਿਤ ਹੁੰਦਾ ਜਾ ਰਿਹਾ ਹੈ, ਗਰਮੀ ਦਾ ਪ੍ਰਕੋਪ ਦਿਨੋਂ ਦਿਨ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ, ਤਾਂ ਇਹੋ ਜਿਹੇ ਕੰਮ ਕਰਨੇ ਬਹੁਤ ਜ਼ਰੂਰੀ ਨੇ। ਅੱਜ ਦੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਹਿਣੀ ਚਾਹਾਂਗਾ ਕਿ ਰੁੱਖ ਕੁੱਖ ਅਤੇ ਪਾਣੀ ਬਚਾਓ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਸਾਬਤ ਹੋਵੇਗੀ। ਧੰਨਵਾਦ। ਹੋਰ ਇਲਾਕੇ ਦੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਸਾਰੇ ਪਿੰਡਾਂ ਦੇ ਸਰਪੰਚਾਂ ਅਤੇ ਪ੍ਰਸ਼ਾਸਨ ਨੂੰ ਵੀ ਇਹੋ ਜਿਹੀ ਬੇਨਤੀ ਹੈ ਕਿ ਇਹੋ ਜਿਹੀਆਂ ਮੁਹਿੰਮਾਂ ਨੂੰ ਜ਼ਰੂਰ ਚਲਾਓ, ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਦੁਬਾਰਾ ਬਣਾਇਆ ਜਾ ਸਕੇ। ਹਾਂਜੀ ਪੰਡਿਤ ਗੁਪਤਰਾਮ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ 7-8 ਸਾਲ ਤੋਂ ਆਪਾਂ ਵਾਤਾਵਰਨ ਦੇ ਪ੍ਰਤੀ ਜੋ ਹੈ ਨਡਾਲੇ ਦੇ ਵਿੱਚ ਕੰਮ ਕਰ ਰਹੇ ਹਾਂ, ਰੁੱਖ ਬੂਟੇ ਲਗਾ ਰਹੇ ਹਾਂ, ਸਾਫ਼ ਸੁਥਰਾ ਕੰਮ ਕਰ ਰਹੇ ਹੈ, ਔਰ ਸਾਡੇ ਇਲਾਕੇ ਦੀ ਜਿਹੜੀ ਸੰਗਤ ਹੈਗੀ ਹੈ, ਇਲਾਕੇ ਦੇ NRI ਵੀਰ ਹੈਗੇ ਸਾਡੇ ਜਸਪ੍ਰੀਤ ਸਿੰਘ ਰਾਇਆ ਨੇ, ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਹੋਈ ਹੈ ਉਸੇ ਵੇਲੇ ਆਪਣੇ ਤੱਤ 'ਤੇ ਖੜ੍ਹੇ ਸਨ। ਸੋ ਅੱਜ ਗ੍ਰਾਂ ਸਾਹਿਬ ਜੋ ਹੈ ਕਿ ਆਪਣੀ ਟੀਮ ਨੂੰ ਲੈ ਕੇ ਇੱਥੇ ਪਹੁੰਚੇ, ਸਾਨੂੰ ਬੜੀ ਖੁਸ਼ੀ ਹੈ, ਔਰ ਅੱਜ ਦੋਵੇਂ ਟੀਮਾਂ ਜਿਹੜੀ ਹੈਗੀ ਰਲ ਕੇ ਅੱਜ ਜੋ ਬੂਟੇ ਲਗਾ ਰਹੀ ਹੈ। ਹੈਂ ਅੱਜ ਗਰਮੀ ਦਾ ਟੈਂਪਰੇਚਰ ਜਿਹੜਾ ਹੈਗਾ 48 ਟੈਂਪਰੇਚਰ ਜਿਹੜਾ ਹੈਗਾ ਆਪਣੇ ਪੰਜਾਬ ਦਾ ਕਹਿ ਲਈਏ, ਇੰਡੀਆ ਦਾ ਕਹਿ ਲਈਏ, ਦੁਬਈ ਵਰਗੀ ਕੰਟਰੀ 'ਚ 50 ਟੈਂਪਰੇਚਰ ਹੁੰਦਾ ਸੀਗਾ, ਉਹਨਾਂ ਨੇ ਜੋ ਹੈ ਇੰਨਾ ਕੁ ਇਨਵਾਇਰਮੈਂਟ ਚੇਂਜ ਕਰ ਲਿਆ ਹੈ ਕਿ ਅੱਜ ਉੱਥੇ 25-30 ਟੈਂਪਰੇਚਰ ਹੈਗਾ, ਅਤੇ ਸਾਡੇ ਲੋਕ ਜਿਹੜੇ ਹੈਗੇ ਜਿਹੜੇ ਜਾਗਰੂਕ ਹੋਣ ਦੇ ਬਾਵਜੂਦ ਵੀ, ਠੀਕ ਹੈ, ਇੰਨੀਆਂ ਐਤਕੀ ਜੋ ਹੈ ਖੇਤਾਂ ਦੇ ਵਿੱਚ ਜੋ ਨਾਲਾਂ ਨੂੰ ਅੱਗ ਲਾਈ ਹੈ, ਇੰਨੇ ਰੁੱਖ ਸਾੜੇ ਨੇ, ਜਿਹਦੇ ਕਰਕੇ ਜੋ ਹੈ ਸਾਨੂੰ ਇਹ ਨਤੀਜੇ ਜਿਹੜੇ ਹੈਗੇ ਭੁਗਤਣੇ ਪੈ ਰਹੇ ਹੈ। ਮੈਂ ਧੰਨਵਾਦ ਕਰਦਾ ਗ੍ਰਾਂ ਟੀਮ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਔਰ ਆ ਕੇ ਹੱਥੀ ਮਿਹਨਤ ਕਰਕੇ ਜੋ ਹੈ ਬੂਟੇ ਲਗਵਾਏ ਹੈ, ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀ ਗ੍ਰਾਂ ਟੀਮ ਔਰ ਫੁਲਵਾੜੀ ਟੀਮ ਨੇ ਜਿਹੜੀ ਪਾਣੀ ਦੀ ਟੈਂਕੀ ਆ ਰਾਪੁਰ ਆਈਆਂ ਰੋਡ 'ਤੇ, ਬੂਟੇ ਲਾਓ ਮੁਹਿੰਮ ਚਲਾਈ ਆ, ਔਰ ਅਸੀਂ ਬਿਆਨ ਵੀ ਲਾਉਂਦੇ ਰਹਿੰਦੇ ਹਰ ਵਾਰੀ ਕਿ ਜਿਹੜੇ ਬੂਟੇ ਆ ਉਹ ਬਹੁਤ ਜ਼ਰੂਰੀ ਹੋ ਗਏ ਆ, ਔਰ ਸਾਰਿਆਂ ਨੂੰ ਅਪੀਲ ਹੈ ਕਿ ਜਿੰਨਾ ਵੀ ਕੋਈ ਦੋ ਦੋ ਜਾਂ ਜਿੰਨੇ ਵੀ ਲਾ ਸਕਦੇ ਆ ਦਰਖਤ ਜ਼ਰੂਰ ਲਾਉਣ ਬੂਟੇ, ਔਰ ਉਹਨਾਂ ਨੂੰ ਪਾਲਿਆ ਵੀ ਜਾਵੇ, ਔਰ ਦੇਖ ਲਓ ਗਰਮੀ ਦਿਨੋਂ ਦਿਨ ਵੱਧ ਰਹੀ ਆ ਔਰ ਟੈਂਪਰੇਚਰ ਦਿਨੋਂ ਦਿਨ ਵਧੂਗਾ, ਔਰ ਸਾਰਿਆਂ ਨੂੰ ਅਪੀਲ ਹੈ ਕਿ ਬੂਟੇ ਵੱਧ ਤੋਂ ਵੱਧ ਲਾਓ ਅਤੇ ਹਰਿਆਲੀ ਲਿਆਓ। ਧੰਨਵਾਦ। ਸੁਰਿੰਦਰ ਸਿੰਘ ਜੀ ਛਪਰਾ ਸਾਹਿਬ, ਇਹ ਦੱਸੋ ਕਿ ਵੀ ਜੋ ਵਾਤਾਵਰਨ ਪਲੀਤ ਹੋ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਤੇ ਕਿਹਦੀ ਗਲਤੀ ਕਹਿਣਾ ਚਾਹੋਗੇ? ਇਹ ਆਮ ਨਾਗਰਿਕ ਦੀ ਗਲਤੀ ਹੈ ਜਿਹੜੀ ਆਪਣਾ ਵਾਤਾਵਰਨ ਪਲੀਤ ਹੋ ਰਿਹਾ, ਸਾਰਿਆਂ ਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ। ਧਨਵੰਤਾਂ ਦੇ ਯੋਗ ਹਨ ਫੁਲਵਾੜੀ ਦੇ ਸੇਵਾਦਾਰ ਪੰਡਿਤ ਗੋਪੀ ਰਾਮ ਸੁਰਿੰਦਰ ਸਿੰਘ ਸਾਈ ਮਾਸਟਰ ਜੀ, ਰਾਜਵਿੰਦਰ ਸਿੰਘ ਸਲੈਚ ਹੋਣੀ, ਜਿਹੜੇ ਇੰਨੀ ਗਰਮੀ ਦੇ ਬਾਵਜੂਦ ਹੁੰਦੇ ਹੋਏ ਵੀ ਇੰਨੀ ਸੇਵਾ ਦੇ ਨਿਰੰਤਰ ਜਾਰੀ ਰੱਖੀ ਹੋਈ ਹੈ, ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਵਾਤਾਵਰਨ ਦੇ ਸੰਭਾਲਦੇ ਨਾਲ ਹਰ ਚੀਜ਼ ਨੂੰ ਹਰ ਪਾਸੇ ਧਿਆਨ ਰੱਖਦੇ, ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਰੱਖਦੇ ਹਨ, ਸੋ ਇਸ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਪੰਡਿਤ ਗੋਪੀ ਰਾਮ ਹੋਣਾ ਦਾ ਜੀ ਦਾ, ਬਹੁਤ ਬਹੁਤ ਧੰਨਵਾਦ।